अर्थ प्रकाश देखने में तमाम भाइयों बहनों को डॉक्टर स्वास्तिक शर्मा का नमस्कार। प्यारे भाइयों बहनों, जैसे आपको पता है कि पंजाब का बजट सेशन चल रहा है, जिस प्रकार एक दिन पहले श्रोमणी अकाली दल और भारतीय जनता पार्टी ने प्रेस कॉन्फ्रेंस कर रूलिंग पार्टी के मिनिस्टर्स के ऊपर आरोप लगाए थे, उसी को देखते हुए आज फिर श्रोमणी अकाली दल और भारतीय जनता पार्टी के एमएलओ ने प्रेस कॉन्फ्रेंस करके, जिनमें सरदार बिक्रमजीत सिंह मजीठिया जी ने अपने रूलिंग पार्टी के स्वास्थ्य मंत्री पंजाब के ऊपर बहुत संगीन आरोप लगाए हैं और उन्होंने ये कहा कि पंजाब के अंदर दवाइयों का एक व्यापार चल रहा है, दवाइयों का एक घोटाला हुआ है बहुत बड़ा, उसको उन्होंने प्रेस कॉन्फ्रेंस करके यहाँ पर उजागर किया। और सबसे बड़ी बात है कि आए दिनों रूलिंग पार्टी के ऊपर विपक्ष को कोई भी मुद्दा मौका नहीं छोड़ रहा सरकार को घेरने का, और उन्होंने क्या क्या अपने बयान दिए हम आपको उनकी प्रेस कॉन्फ्रेंस के जरिए हम अपने दर्शकों को दिखाएंगे। डॉक्टर स्वास्तिक शर्मा अपने कैमरामैन राहुल तिवारी के साथ। विधानसभा च बहुत जोरां नाल जिहदा रौला पिया है, तो कई थोड़े अखबारां च उहदा वड्डे पद्धर ते जिक्र भी आया है कि किवें हैल्थ मिनिस्टर सरकारी पद्धर ते आप दी मिनिस्ट्री तहत ड्रग माफिया नूं पनाह देण दी गल जिहड़ी चल रही है ਉਹਦੇ ਅਹਿਮ ਖੁਲਾਸੇ ਅੱਜ ਮੈਂ ਤੁਹਾਡੇ ਕੋਲ ਕਰਨ ਲੱਗਿਆ। ਬੜੀ ਹੈਰਾਨਗੀ ਦੀ ਗੱਲ ਹੈ ਕਿ ਹੈਲਥ ਮਿਨਿਸਟਰੀ ਇੱਕ ਫਾਰਮੂਲੇ ਨੂੰ ਬਣਾਉਂਦੀ ਹੈ ਕਿ ਜਿੰਨੀ ਵੀ ਇਹ ਦਵਾਈ ਹੈ ਜਿਹੜੀ ਬਿਊਪਰਨੋਰਫੀਨ, ਇਹਦੀ ਇਕੱਲੀ ਤੇ ਇਕੱਲੀ ਮੈਂਡੇਟਡ ਹੈ ਫਰੋਮ ਗਵਰਨਮੈਂਟ ਆਫ ਇੰਡੀਆ, ਇਹਦੀ ਵਿਕਰੀ ਇਕੱਲੀ ਔਨਲਾਈਨ ਹੋਊਗੀ। ਔਰ ਔਨਲਾਈਨ ਵਿਕਰੀ ਤਾਂ ਇਸ ਲਈ ਹੋਊਗੀ ਕਿਉਂਕਿ ਦਿਸ ਇਟ ਸੈਲਫ, ਜਦ ਕਿਸੇ ਪੇਸ਼ੈਂਟ ਨੂੰ ਨਸ਼ਾ ਨਹੀਂ ਮਿਲਦਾ, ਅਗਰ ਇਹਦਾ ਐਕਸੈਸਿਵ ਯੂਜ ਹੋਵੇ, ਇਟ ਸੈਲਫ ਇਜ਼ ਅ ਨਸ਼ਾ। ਸੋ ਇਹਦੇ ਲਈ ਬੜੇ ਪ੍ਰਿਸਕ੍ਰਾਈਬਡ ਫੋਰਮੈਟ ਹੈ ਕਿ ਜਿਹੜਾ ਸਰਕਾਰੀ ਹਸਪਤਾਲ ਹੈ ਉੱਥੇ ਪੇਸ਼ੈਂਟ ਨੇ ਜਾਣਾ ਹੁੰਦਾ, ਪੇਸ਼ੈਂਟ ਦੇ ਉਸ ਮੌਕੇ 'ਤੇ ਉਹਦੀ ਜੀਭ 'ਤੇ ਰੱਖੀ ਜਾਂਦੀ ਆ, ਉਹਨੂੰ ਨਹੀਂ ਇਸ ਤਰ੍ਹਾਂ ਫੜਾਈ ਜਾਂਦੀ। ਔਰ ਇਸੇ ਲਈ ਇਹ ਔਨਲਾਈਨ ਸਿਸਟਮ ਹੈ ਕਿ ਕੋਈ ਧਾਂਦਲੀ ਨਾ ਹੋਵੇ, ਮੌਕੇ ਦੇ ਮੌਕੇ ਉਹ ਰਿਕਾਰਡ ਹੋ ਜਾਵੇ ਕਿ ਕਿਹੜੇ ਡਾਕਟਰ ਨੇ ਕਿਹੜੇ ਪੇਸ਼ੈਂਟ ਨੂੰ ਦਿੱਤੀ, ਇਹਦੇ 'ਚ ਗੜਬੜ ਨਾ ਹੋਵੇ। ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜਾ ਪੀਰੀਅਡ ਹੈ, ਇਹ ਜਨਵਰੀ 2019 ਤੋਂ ਲੈ ਕੇ ਨਵੰਬਰ 2019 ਦੇ ਵਿੱਚ ਕੋਈ 8,33,00,000 ਜਿਹੜੀਆਂ ਇਹ ਦਵਾਈਆਂ ਸੀ, ਮੈਡੀਸਨ ਜਿਹੜੀਆਂ ਦਿੱਤੀਆਂ ਗਈਆਂ, ਉਦੋਂ 'ਚ ਔਨਲਾਈਨ 5,30,00,000 ਦੀ ਮੈਡੀਸਨ ਮਿਸਿੰਗ ਹੈ, ਬਿਊਪਰਨੋਰਫੀਨ, ਇਹਦਾ ਕੋਈ ਹਿਸਾਬ ਹੀ ਨਹੀਂ। ਔਰ ਇਸ ਗੱਲ 'ਤੇ ਚਿੰਤਾ ਪ੍ਰਗਟਾਉਂਦਿਆਂ ਮੈਂ ਇਹ ਗੱਲ ਤਾਂ ਤੁਹਾਡੇ ਲਈ ਤੁਹਾਡੇ ਸਾਹਮਣੇ ਵੀ ਲਿਆ ਰਿਹਾ, ਜ਼ੀਰੋ ਆਵਰ 'ਚ ਅਸੀਂ ਗੱਲ ਚੱਕਣੀ ਸੀ ਮਗਰ ਸਾਨੂੰ ਸਭਾ ਨਹੀਂ ਦਿੱਤਾ ਗਿਆ, ਕਿ ਪ੍ਰਿੰਸੀਪਲ ਸੈਕਟਰੀ ਹੈਲਥ, ਮੈਂ ਉਹਨਾਂ ਦੀ ਹਿੰਮਤ ਦੀ, ਉਹਨਾਂ ਦੀ ਇਮਾਨਦਾਰੀ ਦੀ, ਉਹਨਾਂ ਦੀ ਸਿਆਣਪ ਦੀ, ਜਿੱਥੇ ਮੈਂ ਉਹਨਾਂ ਨੂੰ ਸਲਾਮ ਕਰਦਾ
ਅੱਜ ਮੈਂ ਇਹ ਗੱਲ ਤਾਂ ਰੱਖ ਰਿਹਾ ਬਿਕੋਜ਼ ਉਹਨਾਂ ਨੂੰ ਹੁਣ ਟਾਰਗੇਟ 'ਤੇ ਲਿਆ ਜਾਊਗਾ। ਸੰਬਡੀ ਹੂ ਹੈਜ਼ ਡਨ ਹਿਜ਼ ਡਿਊਟੀ ਓਨੈਸਟਲੀ ਐਂਡ ਡੈਡੀਕੇਟਡਲੀ ਅਕੋਰਡਿੰਗ ਟੂ ਦਾ ਰੂਲ ਬੁੱਕ, ਹੁਣ ਉਸ ਨੂੰ ਟਾਰਗੇਟ ਬਣਾਇਆ ਜਾਊਗਾ ਔਰ ਉਹਨਾਂ ਨੂੰ ਉਸ ਜਗ੍ਹਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਦੈਟ ਬਲਬੀਰ ਸਿੰਘ ਸਿੱਧੂ ਆਪਣੇ ਵੱਲੋਂ ਚਲਾਇਆ ਜਾ ਰਿਹਾ ਇਸ ਮਾਫੀਏ ਦੀ ਪੁਸ਼ਤ ਪਨਾਈ ਕਰ ਸਕਦੇ। ਔਰ ਮੈਂ ਚਿੱਠੀਆਂ ਦੇ ਰਿਹਾ ਤੁਹਾਨੂੰ, ਆ ਇੱਕ ਇੱਕ ਚਿੱਠੀ, ਆ ਪਹਿਲੀ ਚਿੱਠੀ ਜਿਹੜੀ ਉਹਨਾਂ ਨੇ ਲਿਖੀ ਹੈ, ਆ ਪੰਜਾਬ ਰਿਹੈਬਿਲੀਟੇਸ਼ਨ ਐਂਡ ਡੀਟੋਕਸੀਫਿਕੇਸ਼ਨ ਸੈਂਟਰ ਲੁਧਿਆਣੇ, ਜਿੰਨੇ ਵੀ ਸੈਂਟਰ ਨੇ, ਇੱਕ ਇਹ ਸਾਰੇ ਨੋਟਿਸਿਸ ਨੇ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਉਹਨਾਂ ਨੇ ਨੋਟਿਸ ਭੇਜੇ ਕਿਹੜੀ ਤਰੀਕ ਨੂੰ, 2/12/19 December 2 ਨੂੰ। ਔਰ ਨੋਟਿਸ 'ਚ ਕੀ ਕਿਹਾ ਕਿ ਜੇ 10 ਦਿਨਾਂ 'ਚ, ਦਿਸ ਇਜ਼ ਪ੍ਰਿੰਸੀਪਲ ਸੈਕਟਰੀ ਹੈਲਥ ਦੀ ਚਿੱਠੀ, ਕਿ ਜੇ 10 ਦਿਨਾਂ 'ਚ ਮੈਨੂੰ ਤੁਹਾਡਾ ਜਵਾਬ ਨਹੀਂ ਮਿਲਿਆ, ਮੈਂ ਪੜ੍ਹ ਦਿੰਦਾ ਐਗਜੈਕਟਲੀ, ਅ ਸ਼ੋ ਕੋਜ਼ ਨੋਟਿਸ ਇਜ਼ ਹੇਅਰ ਬਾਏ ਸਰਵ ਟੂ ਯੂ, ਯੋਰ ਸੈਂਟਰ ਐਂਡ ਯੋਰ ਨੀਡ ਟੂ ਐਕਸਪਲੇਨ ਦੈਟ ਵਾਈ ਐਕਸ਼ਨ ਸ਼ੁੱਡ ਨਾਟ ਬੀ ਇਨੀਸ਼ੀਏਟਿਡ ਅਗੇਂਸਟ ਯੂ ਯੋਰ ਸੈਂਟਰ ਅੰਡਰ ਦ NDPS ਐਕਟ ਐਂਡ ਰੂਲਸ ਐਂਡ ਆਲਸੋ ਅੰਡਰ 2011 ਲਾਇਸੈਂਸਿੰਗ ਰੂਲਸ, ਯੋਰ ਰਿਪਲਾਈ ਮਸਟ ਬੀ ਸਬਮਿਟਿਡ ਟੂ ਦੀ ਅੰਡਰ ਸਾਈਨ ਵਿਦਇਨ 10 ਡੇਜ ਫਰੋਮ ਦ ਡੇਟ ਆਫ ਇਸ਼ੂ ਆਫ ਦਿਸ ਨੋਟਿਸ, ਇਨ ਕੇਸ ਨੋ ਰਿਪਲਾਈ ਇਜ ਰਿਸੀਵ ਫਰੋਮ ਯੂ ਵਿਦਇਨ ਦ ਸਟਿਪੂਲੇਟਿਡ ਟਾਈਮ, ਇਟ ਵੁੱਡ ਬੀ ਪ੍ਰਜ਼ਿਊਮਡ ਦੈਟ ਯੂ ਹੈਵ ਨਥਿੰਗ ਟੂ ਸੇ ਇਨ ਯੋਰ ਡਿਫੈਂਸ ਐਂਡ ਐਨ ਐਕਸ ਪਾਰਟੀ ਐਕਸ਼ਨ ਵੁੱਡ ਬੀ ਇਨੀਸ਼ੀਏਟਿਡ ਅਗੇਂਸਟ ਯੂ ਐਂਡ ਯੋਰ ਸੈਂਟਰ। ਔਰ ਤੁਸੀਂ ਵੇਖੋ, ਇੱਕ ਇਹਨਾਂ ਨੇ ਇਹ ਵੀ ਕਿਹਾ, ਇਹ ਮੈਂ ਪੜ੍ਹ ਰਿਹਾ, ਇਹ ਮੈਂ ਬਾਅਦ 'ਚ ਪੜ੍ਹ ਰਿਹਾ, ਇਹਦੇ 'ਚ ਕਲੀਅਰਲੀ ਕਿਹਾ ਕਿ ਜਿਹੜੇ NDPS ਦੇ ਐਕਟ ਦੀ ਇਹ ਵਾਇਲੇਸ਼ਨਸ ਹੈ, ਇਹ ਤੁਸੀਂ ਬਹੁਤ ਵੱਡੀ ਜਿਹੜੀ ਡਰੱਗ ਦੇ ਕਾਨੂੰਨ ਬਣੇ ਉਹਦੀ ਉਲੰਘਣਾ, ਔਰ ਤੁਹਾਡਾ ਜਵਾਬ ਜੇ ਮੇਰੇ ਕੋਲ ਨਹੀਂ ਆਇਆ ਮੈਂ ਤੁਹਾਡੇ ਖਿਲਾਫ ਐਕਸ਼ਨ ਲਊਂਗਾ। ਇੱਕ ਨੋਟਿਸ, 2 ਨੋਟਿਸ, 3 ਨੋਟਿਸ, 4 ਨੋਟਿਸ, ਆ 5 ਨੋਟਿਸ, 6 ਨੋਟਿਸ, 7 ਨੋਟਿਸ, 8 ਨੋਟਿਸ, 10, 11, 12, ਇਹ ਲੰਮਾ ਸਿਲਸਿਲਾ ਕਿ ਕੋਈ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਸੈਂਟਰ ਬਚਿਆ ਹੋਵੇ ਜਿਨ੍ਹਾਂ ਨੂੰ ਉਹਨਾਂ ਨੇ ਨੋਟਿਸ ਭੇਜੇ। ਨੋਟਿਸ ਭੇਜਣ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਸੈਕਟਰੀ ਹੈਲਥ ਸਹੀ ਕੰਮ ਕਰ ਰਿਹਾ ਸੀ, ਵਜ਼ੀਰ ਸਾਹਿਬ ਨੇ ਆ ਕੇ ਉਹਦੀ ਤਾੜਨਾ ਕੀਤੀ ਕਿ ਤੂੰ ਮੇਰੀ ਗੈਰ ਹਾਜ਼ਰੀ 'ਚ ਇਹ ਮੇਰੇ ਤੋਂ ਬਗੈਰ ਵਿਖਾਏ ਫਾਈਲ ਇਹ ਨੋਟਿਸ ਕਿਵੇਂ ਭੇਜਤੀ। ਔਰ ਉਹਨਾਂ ਨੇ ਉੱਤੇ ਆਪਦੀ ਇੱਕ ਕਮੇਟੀ ਬਣਾਤੀ, ਜਿਹੜਾ ਸ਼ੋ ਕੋਜ਼ ਨੋਟਿਸ ਪ੍ਰਿੰਸੀਪਲ ਸੈਕਟਰੀ ਹੈਲਥ ਨੇ ਕੱਢਿਆ ਉਹਨੂੰ ਓਵਰ ਰੂਲ ਕਰਦਿਆਂ ਉਹਨਾਂ ਨੇ ਸਿਵਲ ਸਰਜਨ ਦੀ ਇੱਕ ਕਮੇਟੀ ਬਣਾਤੀ। ਹੁਣ ਗੱਲ ਤਾਂ ਬੜੀ ਸਿੰਪਲ ਸੀ,
ਆਨਲਾਈਨ ਦਵਾਈ ਸੇਲ ਹੋਈ ਹੈ 5 ਕਰੋੜ ਉਹ ਮਿਸਿੰਗ ਹੈ। ਉਹਦੇ 'ਚ ਸਿੱਧਾ ਕੰਮ ਸੀ, ਨੋਟਿਸ ਹੋਵੇ ਜੇ ਜਵਾਬ ਆਉਂਦਾ 10 ਦਿਨ 'ਚ ਠੀਕ ਹੈ, ਨਹੀਂ ਤਾਂ ਲਾਈਸੈਂਸਿਸ ਕੈਂਸਲ ਹੋਣੇ ਚਾਹੀਦੇ ਸੀ, NDPS ਐਕਟ ਥੱਲੇ ਪਰਚਾ ਦਰਜ ਹੋਣਾ ਚਾਹੀਦਾ ਸੀ ਔਰ ਉਹਨਾਂ ਨੂੰ ਅਰੈਸਟ ਕਰਿਆ ਜਾਣਾ ਸੀ। ਮਗਰ ਮੰਤਰੀ ਸਾਹਿਬ ਨੇ ਉਹ ਸਾਰੀ ਪ੍ਰਕਿਰਿਆ 'ਤੇ ਪਾਣੀ ਫੇਰਦਿਆਂ ਇੱਕ ਸਿਵਲ ਸਰਜਨ ਦੀ ਕਮੇਟੀ ਬਣਾ ਦਿੱਤੀ। ਸਿਵਲ ਸਰਜਨਾਂ ਨੂੰ ਇਹ ਕਹਿਤਾ ਕਿ ਜਿਹੜੀ ਇਹ 5 ਕਰੋੜ ਮਿਸਿੰਗ ਟੈਬਲੇਟ ਹੈ ਔਰ ਹੋਰ 4 ਚੀਜ਼ਾਂ ਪਾ ਕੇ, ਮਤਲਬ ਬੜੀ ਫਲਾਵਰੀ ਲੈਂਗੁਏਜ 'ਚ ਭੇਜਤਾ ਕਿ ਤੁਸੀਂ ਇਹਦਾ ਜਵਾਬ ਦਿਓ। ਸਿਵਲ ਸਰਜਨਾਂ ਨੇ ਜਵਾਬ ਦਿੱਤਾ, ਬਾਕੀ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ। ਜਿਹੜਾ ਮੁੱਖ ਮੁੱਦਾ ਸੀ 5 ਕਰੋੜ ਜਿਹੜਾ ਮਿਸਿੰਗ ਟੈਬਲੇਟ ਸੀ ਉਹਦਾ ਕੋਈ ਜਵਾਬ ਨਹੀਂ। ਉਸ ਨੂੰ ਫਾਈਲ ਕਰਤਾ, ਨੋਟ ਕੀਤਾ ਜਾਵੇ ਅੰਡਰ NDPS ਐਕਟ ਐਂਡ ਰੂਲਸ, ਅਸ਼ੋਕਸ ਨੋਟਿਸ ਇਜ਼ ਹੇਅਰ ਬਾਈ ਸਰਵ ਟੂ ਯੂ ਐਜ਼ ਟੂ ਵਾਈ ਐਕਸ਼ਨ ਸ਼ੁੱਡ ਨਾਟ ਬੀ ਇਨੀਸ਼ੀਏਟਿਡ ਅਗੇਂਸਟ ਯੂ ਐਂਡ ਦ ਡਾਇਰੈਕਟਰਸ ਪ੍ਰਮੋਟਰਸ ਅੰਡਰ ਦ ਪ੍ਰੋਵੀਜ਼ਨਸ ਆਫ NDPS ਐਕਟ ਐਂਡ ਰੂਲਸ। ਯੋਰ ਰਿਪਲਾਈ ਮਸਟ ਬੀ ਸਬਮਿਟਿਡ ਟੂ ਦ ਗਵਰਨਮੈਂਟ ਵਿਦ ਇਨ 10 ਡੇਜ਼ ਫਰੋਮ ਦ ਡੇਟ ਆਫ ਇਸ਼ੂ ਆਫ ਦਿਸ ਨੋਟਿਸ। ਇਨ ਕੇਸ ਨੋ ਰਿਪਲਾਈ ਇਜ਼ ਰਿਸੀਵਡ ਫਰੋਮ ਯੂ ਵਿਦ ਇਨ ਸਟਿਪੂਲੇਟਿਡ ਟਾਈਮ, ਇਟ ਵੁੱਡ ਬੀ ਪ੍ਰਜ਼ਿਊਮ ਦੈਟ ਯੂ ਹੈਵ ਨਥਿੰਗ ਟੂ ਸੇ ਇਨ ਯੋਰ ਡਿਫੈਂਸ ਐਂਡ ਐਨ ਐਕਸ ਪਾਰਟੀ ਐਕਸ਼ਨ ਵੁੱਡ ਬੀ ਇਨੀਸ਼ੀਏਟਿਡ ਅਗੇਂਸਟ ਯੂ ਐਂਡ ਯੋਰ ਡਾਇਰੈਕਟਰਸ ਪ੍ਰਮੋਟਰਸ। ਸਾਈਨਡ 2/12/2019। ਤੁਸੀਂ ਵੱਡੀ ਗੱਲ ਵੇਖੋ, ਸਾਰਾ ਡਿਸੰਬਰ ਕੱਢਤਾ, ਸਾਰੀ ਜਨਵਰੀ ਕੱਢਤੀ, ਫਰਵਰੀ ਕੱਢਤੀ। ਜਿਹੜੀ ਕੰਪਨੀ ਦੇ ਖਿਲਾਫ ਰੂਸਨ ਫਾਰਮਾਸਿਊਟੀਕਲ ਕੰਪਨੀ ਜਿਹਨੇ 2 ਕਰੋੜ ਤੋਂ ਵੀ ਵੱਧ 87 ਲੱਖ ਇਹ ਦਵਾਈ ਟੈਬਲੇਟ ਸਪਲਾਈ ਕੀਤੀ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।